ਇਬਰਾਹਿਮ ਲਿੰਕਨ ਦਾ ਕਥਨ ਹੈ ਕਿ ਜੇ ਗੁਲਾਮੀ ਖਤਰਨਾਕ ਨਹੀਂ ਤਾਂ ਇਸ ਧਰਤੀ 'ਤੇ ਕੁਝ ਵੀ ਖਤਰਨਾਕ ਨਹੀਂ ਹੈ। ਤੁਸੀਂ ਦੇਖ ਰਹੇ ਹੋ ਕਿਵੇਂ ਇੱਕ ਪਿੰਜਰੇ ਵਿੱਚ ਬਰਿਆਂ ਤੋਂ ਕੈਦ ਪੰਛੀ ਜਿਸਦਾ ਨਾਮ ਜਟਾਜੂ ਹੈ ਨੂੰ ਇਹ ਕਰਮਚਾਰੀ ਖੁੱਲ੍ਹੇ ਅਸਮਾਨ ਵਿੱਚ ਛੱਡਣ ਆਏ ਹੋਏ ਹਨ ਅਤੇ ਉਸ ਦੀ ਜਿਹੜੀ ਪੇਟੀ ਹੈ ਉਸਦਾ ਜੋ ਪਿੰਜਰਾ ਹੈ ਉਸ ਨੂੰ ਲੈ ਕੇ ਪਹਾੜਾਂ ਉੱਤੇ ਉਹ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ ਗਿਆ ਹੈ ਅਤੇ ਪੰਛੀ ਪਿੰਜਰੇ ਤੋਂ ਬਾਹਰ ਆ ਕੇ ਆਪਣੇ ਪਰ ਫੜਫੜਾ ਰਿਹਾ ਹੈ। ਪਰ ਜਿਹੜੀ ਉੱਡਣ ਦੀ ਜਾਂਚ ਉਸ ਪੰਛੀ ਦੀ ਹੈ ਉਹ ਪੰਛੀ ਉਸ ਨੂੰ ਭੁੱਲ ਚੁੱਕਾ ਹੈ ਜਾਂ ਉਹਦੇ ਚੇਤਿਆਂ 'ਚੋਂ ਉਹ ਜਿਹੜੀ ਉੱਡਣ ਦੀ ਜਾਂਚ ਹੈ ਉਹ ਕਿਧਰੇ ਚਲੀ ਗਈ ਹੈ, ਕਿਉਂਕਿ ਇਹ ਪੰਛੀ ਕਾਫੀ ਲੰਬਾ ਸਮਾਂ ਇਸ ਪਿੰਜਰੇ 'ਚ ਕੈਦ ਰਿਹਾ। ਦੋਸਤੋ, ਜਿਹੜਾ ਇਹ ਪੰਛੀ ਹੈ ਵੈਸੇ ਇਸ ਨੂੰ ਅਸਮਾਨ ਦਾ ਰਾਜਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਉੱਡਣ ਸ਼ਕਤੀ ਬਹੁਤ ਹੀ ਤੇਜ਼ ਹੈ। ਅਤੇ ਪਰ ਜਦੋਂ ਉਸ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਤਾਂ ਉਹ ਆਪਣੀ ਤਾਕਤ ਭੁੱਲ ਗਿਆ, ਉਹ ਭੁੱਲ ਗਿਆ ਕਿ ਉਹ ਅਸਮਾਨ ਦਾ ਰਾਜਾ ਹੈ, ਉਹ ਉੱਡਣਾ ਭੁੱਲ ਗਿਆ। ਅਤੇ ਇਹ ਵੀਡੀਓ ਰਾਹੀਂ ਆਪਾਂ ਨੂੰ ਇੱਕ ਬਹੁਤ ਹੀ ਖੂਬਸੂਰਤ ਸਿੱਖਿਆ, ਇੱਕ ਖੂਬਸੂਰਤ ਸੁਨੇਹਾ ਮਿਲਦਾ ਹੈ ਕਿ ਹਰ ਇਨਸਾਨ ਨੂੰ ਆਪਣੀ ਤਾਕਤ ਦਾ ਪਤਾ ਹੋਣਾ ਚਾਹੀਦਾ, ਉਹ ਕੀ ਕਰ ਸਕਦਾ ਹੈ, ਉਸਦੀ ਤਾਕਤ ਕੀ ਹੈ। ਇਹੀ ਹਾਲਤ ਉਸ ਇਨਸਾਨ ਦੀ ਹੁੰਦੀ ਹੈ ਜੋ ਹਮੇਸ਼ਾ ਦੂਜਿਆਂ ਦੇ ਇਸ਼ਾਰਿਆਂ ਅਤੇ ਸੋਚਾਂ ਤੋਂ ਪ੍ਰਭਾਵਿਤ ਹੁੰਦਾ ਹੈ। ਉਹ ਉੱਡਣਾ ਚਾਹੁੰਦਾ ਹੈ ਪਰ ਉੱਡ ਨਹੀਂ ਸਕਦਾ ਕਿਉਂਕਿ ਉਸਦਾ ਆਤਮ ਵਿਸ਼ਵਾਸ ਖਤਮ ਹੋ ਚੁੱਕਾ ਹੁੰਦਾ ਹੈ, ਉਹ ਮਾਨਸਿਕ ਗੁਲਾਮ ਬਣ ਚੁੱਕਾ ਹੁੰਦਾ ਹੈ ਅਤੇ ਜਿਹੜੀ ਉਹਦੀ ਹਾਲਤ ਇਸ ਪੰਛੀ ਵਾਂਗ ਹੋ ਚੁੱਕੀ ਹੁੰਦੀ ਹੈ ਕਿ ਉਸਦੇ ਅੰਦਰ ਉਹ ਗੁਣ ਛੁਪੇ ਹੁੰਦੇ ਹਨ ਪਰ ਉਹਨਾਂ ਨੂੰ ਕਿਤੇ ਪਹਿਚਾਨ ਨਹੀਂ ਸਕਦਾ। ਕਹਿੰਦੇ ਸਭ ਤੋਂ ਖਤਰਨਾਕ ਹਾਲਤ ਉਹ ਹੁੰਦੀ ਹੈ ਜਦੋਂ ਸਾਨੂੰ ਗੁਲਾਮੀ ਦਾ ਅਹਿਸਾਸ ਨਾ ਹੋਵੇ। ਅਤੇ ਪੰਛੀ ਵੀ ਦੇਖ ਲਓ ਦੋਸਤੋ ਕਿੰਨੀ ਕੋਸ਼ਿਸ਼ ਕਰ ਰਿਹਾ ਉੱਡਣ ਦੀ, ਕਿਵੇਂ ਆਪਣੇ ਵੱਡੇ ਵੱਡੇ ਖੰਭਾਂ ਨੂੰ ਖਿਲਾ ਰਿਹਾ ਹੈ, ਪਰ ਉੱਡਣ ਦਾ ਹਜੇ ਉਸਨੂੰ ਜਿਹੜਾ ਜਾਂਚ ਉਹ ਤਰੀਕਾ ਉਹਦੇ ਦਿਮਾਗ 'ਚ ਕਿਧਰੇ ਘੁੰਮ ਰਿਹਾ ਹੋਵੇਗਾ, ਪਰ ਉੱਡ ਨਹੀਂ ਸਕਿਆ। ਅਤੇ ਉਹ ਕਰਮਚਾਰੀ ਜਿਹੜੇ ਉਸਨੂੰ ਪਹਾੜਾਂ 'ਤੇ ਲੈ ਕੇ ਆਏ ਹਨ ਉਹ ਵੀ ਕਿਧਰੇ ਇਸ ਪੰਛੀ ਦੀ ਹਾਲਤ ਵੇਖ ਕੇ ਦੁੱਖ ਮਹਿਸੂਸ ਕਰ ਰਹੇ ਹੋਣਗੇ, ਕਿਉਂਕਿ ਕੈਦ ਜਿਹੜੀ ਉਹ ਭਿਆਨਕ ਹੁੰਦੀ ਹੈ। ਸਮਝ ਨਹੀਂ ਆਉਂਦੀ ਕਿ ਮਨੁੱਖ ਖੁਦ ਗੁਲਾਮੀ ਪਸੰਦ ਨਹੀਂ ਕਰਦਾ ਪਰ ਆਪਣੀ ਖੁਸ਼ੀ ਲਈ, ਆਪਣੇ ਮਜ਼ੇ ਲਈ ਇਹਨਾਂ ਬੇਜ਼ਬਾਨ ਜੀਵ ਜੰਤੂਆਂ ਅਤੇ ਪੰਛੀਆਂ ਨੂੰ ਕਿਉਂ ਪਿੰਜਰੇ 'ਚ ਕੈਦ ਕਰਕੇ ਰੱਖਦਾ, ਕਿਉਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਦਾ। ਪਤਾ ਨਹੀਂ ਕੀ ਮਿਲਦਾ ਇਸ ਮਨੁੱਖ ਨੂੰ। ਵਾਹ ਕਿਆ ਬਾਤ! ਅਤੇ ਦੋਸਤੋ ਪੰਛੀ ਉੱਡ ਗਿਆ ਅਤੇ ਪੰਛੀ ਉੱਡਣ ਦੀ ਸਭ ਤੋਂ ਵੱਡੀ ਖੁਸ਼ੀ ਇਹਨਾਂ ਕਰਮਚਾਰੀ ਨੂੰ। ਦੋਸਤੋ ਪੰਛੀਆਂ ਨੂੰ ਕੈਦ ਨਹੀਂ, ਸਗੋਂ ਇਹਨਾਂ ਨੂੰ ਪਿਆਰ ਕਰੋ, ਇਹਨਾਂ ਨੂੰ ਵੀ ਜੀਣ ਦਾ ਹੱਕ ਹੈ।